ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਗੋਦ ਦਾ ਆਨੰਦ ਮਾਣ ਰਹੇ ਹੋ। ਅੱਜ ਪਵਾਰ ਪਰਿਵਾਰ ਵੱਲੋਂ ਜੋ ਅਖੰਡ ਪਾਠ ਪਰਸਨ ਆਰੰਭ ਕਰਵਾਏ ਗਏ ਸਨ ਉਹਨਾਂ ਦੇ ਮੌਕੇ ਤੇ ਇਹਨਾਂ ਦੇ ਇਹ ਅਖੰਡ ਪਾਠ ਮਾਤਾ ਪ੍ਰੀਤਮ ਕੌਰ ਪਵਾਰ, ਵਾਈਫ ਆਫ ਲੇਟ ਕਰਨੈਲ ਸਿੰਘ ਪਵਾਰ, ਜਿਨ੍ਹਾਂ ਦੇ ਸਪੁੱਤਰ ਸਰਦਾਰ ਰਣਜੀਤ ਸਿੰਘ, ਬੀਬੀ ਕਿਰਪਾਲ ਕੌਰ ਪਵਾਰ, ਆਪਣੇ ਸਪੁੱਤਰਾਂ ਪ੍ਰਭਜੋਸ਼ ਸਿੰਘ ਪਵਾਰ, ਸੁਖਜੋਤ ਸਿੰਘ ਪਵਾਰ, ਦੂਸਰੇ ਸਪੁੱਤਰ ਉਹਨਾਂ ਦੇ ਸਰਦਾਰ ਕੁਲਦੀਪ ਸਿੰਘ, ਬੀਬੀ ਤੀਰਥ ਕੌਰ ਪਵਾਰ, ਆਪਣੇ ਸਪੁੱਤਰ ਕਰਮਜੋਤ ਸਿੰਘ ਪਵਾਰ ਅਤੇ ਬੇਟੀ ਪ੍ਰਭਰੂਪ ਕੌਰ ਦੇ ਜਨਮ ਦਿਨ ਮਨਾਉਂਦੇ ਹੋਏ ਸਮੂਹ ਪਰਿਵਾਰ ਵੱਲੋਂ ਪਰਸੋਂ ਤੋਂ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ ਸਨ। ਅੱਜ ਉਹਨਾਂ ਦੇ ਭੋਗ ਪਾਏ ਗਏ ਅਤੇ ਲੰਗਰਾਂ ਦੀ ਸੇਵਾ ਇਸ ਪਰਿਵਾਰ ਵੱਲੋਂ ਨਾਲ ਕਰਵਾਈ ਗਈ। ਇਹ ਪਰਿਵਾਰ ਪਿਛਲੇ ਕਾਫੀ ਸਮੇਂ ਤੋਂ ਗੁਰੂ ਘਰ ਨਾਲ ਜੁੜਿਆ ਹੈ। ਸਮੇਂ ਸਮੇਂ 'ਤੇ ਆਪਣੀ ਸਮਰੱਥਾ ਅਨੁਸਾਰ ਕਮਿਊਨਿਟੀ ਦੀ ਸੇਵਾ ਵਿੱਚ, ਗੁਰੂ ਘਰ ਦੀ ਸੇਵਾ ਵਿੱਚ ਆਪਣਾ ਯੋਗਦਾਨ ਵੀ ਪਾਉਂਦੇ ਨੇ। ਅੱਜ ਵਿਸਾਖੀ ਦੇ ਸੰਬੰਧ ਵਿੱਚ ਜੋ ਆਪਾਂ ਨਿਸ਼ਾਨ ਸਾਹਿਬ ਅਤੇ ਚੋਲਾ ਸਾਹਿਬ ਦੀ ਸੇਵਾ ਕਰਨੀ ਹੈ, ਉਹ ਸੇਵਾ ਵੀ ਇਸ ਪਰਿਵਾਰ ਵੱਲੋਂ ਕਰਵਾਈ ਗਈ ਹੈ। ਸਮੁੱਚੀ ਕਮੇਟੀ ਵੱਲੋਂ, ਸਮੂਹ ਸੰਗਤਾਂ ਵੱਲੋਂ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ। ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਅਤੇ ਇਸੇ ਤਰ੍ਹਾਂ ਇਹਨਾਂ ਨੂੰ ਅੱਗੇ ਤੋਂ ਵੀ ਕਮੇਟੀ ਦੀ ਸੇਵਾ ਅਤੇ ਗੁਰੂ ਘਰ ਦੀ ਸੇਵਾ ਕਰਨ ਦਾ ਬਲ ਬਖਸ਼ੇ। ਅਖੀਰ ਦੇ ਵਿੱਚ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ ਇਸ ਪਰਿਵਾਰ ਦਾ ਧੰਨਵਾਦ ਕੀਤਾ ਜਾਂਦਾ ਹੈ, ਉੱਥੇ ਇਹਨਾਂ ਦੇ ਰਿਸ਼ਤੇਦਾਰ, ਹੋਰ ਸੰਗਤ ਜਿਨ੍ਹਾਂ ਨੇ ਇਸ ਸਮਾਗਮ ਵਿੱਚ ਇਹਨਾਂ ਦੇ ਨਾਲ ਅਖੰਡ ਪਾਠ ਦੀ ਸੇਵਾ ਅਤੇ ਲੰਗਰਾਂ ਦੀ ਸੇਵਾ ਕੀਤੀ ਹੈ, ਉਹਨਾਂ ਦਾ ਸਾਰਿਆਂ ਦਾ ਕਮੇਟੀ ਵੱਲੋਂ ਅਤੇ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ। ਪਰਮਾਤਮਾ ਸਮੂਹ ਸੰਗਤ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਬਖਸ਼ੇ ਅਤੇ ਅੱਗੇ ਤੋਂ ਵੀ ਸੇਵਾ ਕਰਨ ਦਾ ਇਸੇ ਤਰ੍ਹਾਂ ਬਲ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।